ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਇੱਕ ਹੋਰ ਸਕਸੈਸ ਸਟੋਰੀ ਮਿਸਟਰ ਹਰਦੀਪ ਸਿੰਘ ਜੀ ਫਰੋਮ ਜਾਪਾਨ। ਦੋਸਤੋ ਇਹ ਜਾਪਾਨ ਚ ਰਹਿੰਦੇ ਨੇ ਹਰਦੀਪ ਸਿੰਘ ਜੀ, ਉੱਥੇ ਜੋਬ ਕਰਦੇ ਨੇ, ਉੱਥੇ ਮੈਰਿਡ ਨੇ। ਐਂਡ ਇਹਨਾਂ ਨੇ ਸਾਨੂੰ ਉੱਥੋਂ ਅਪਰੋਚ ਕੀਤਾ ਸੀਗਾ ਫੋਰ ਟੂਰਿਸਟ ਵੀਜ਼ਾ ਐਪਲੀਕੇਸ਼ਨ ਲਈ। ਇਹਨਾਂ ਨੇ ਆਲਰੇਡੀ ਆਪਣਾ ਅਪਲਾਈ ਕੀਤਾ ਸੀ, 3 ਵਾਰੀ ਰਿਫਿਊਜ਼ ਹੋ ਚੁੱਕਾ ਸੀਗਾ। ਦੈਨ ਅਪਰੋਚ ਕੀਤੀ ਸਾਨੂੰ, ਡਾਕੂਮੈਂਟ ਭੇਜੇ, ਕਾਫੀ ਗਲਤੀਆਂ ਕੀਤੀਆਂ ਸੀ ਇਹਨਾਂ ਨੇ, ਸਾਰੀਆਂ ਠੀਕ ਕਰਕੇ ਦੁਬਾਰਾ ਫਾਈਲ ਅਪਲਾਈ ਕੀਤੀ ਗਈ ਐਂਡ ਵੀਜ਼ਾ ਗ੍ਰਾਂਟ ਹੋ ਗਿਆ। ਐਂਡ ਇਹਨਾਂ ਨੇ ਉੱਥੋਂ ਦੀ ਹੁਣ ਬੈਠ ਕੇ ਇੱਕ ਵੀਡੀਓ ਭੇਜੀ ਔਰ ਰਿਕੁਐਸਟ ਕੀਤੀ ਸੀ ਕਿ ਭਾਜੀ ਮੇਰਾ ਫੇਸ ਬਲਰ ਕਰ ਦਿਓ। ਸੋ ਨੈਕਸਟ ਵੀਡੀਓ ਮਿਸਟਰ ਹਰਦੀਪ ਸਿੰਘ ਜੀ ਦੀ ਫੇਸ ਤਾਂ ਹੀ ਬਲਰ ਹੁੰਦਾ ਦੋਸਤੋ ਮੇਰੀ ਵੀਡੀਓਜ਼ ਦੇ ਵਿੱਚ, ਕਿਉਂਕਿ ਕਾਫੀ ਕਲਾਇੰਟਸ ਹੁੰਦੇ ਜੋ ਕਿ ਆਪਣੀ ਪ੍ਰਾਈਵੇਸੀ ਛੁਪਾਉਣਾ ਚਾਹੁੰਦੇ ਨੇ, ਉਹ ਮਤਲਬ ਕਿ ਰੱਖਣਾ ਚਾਹੁੰਦੇ ਨੇ ਕਿ ਯਾਰ ਸਾਡੀ ਸਰ ਫੇਸ ਸਾਡਾ ਪਬਲੀਕਲੀ ਨਾ ਆਵੇ। ਦੈਟਸ ਵਾਈ ਕਲਾਇੰਟ ਦੀ ਸੁਣਦਿਆਂ ਹੋਇਆ ਉਹਦੇ ਫੇਸ ਜਿਹੜੇ ਹੈਗੇ ਬਲਰ ਕੀਤੇ ਜਾਂਦੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆ ਮੇਰਾ ਕੈਨੇਡਾ ਦਾ ਵੀਜ਼ਾ ਲੱਗਾ ਹੈ, ਇਹ ਆਪਣੇ ਰਣਜੀਤ ਭਾਜੀ ਨੇ ਲਵਾ ਕੇ ਦਿੱਤਾ ਹੈ ਵੀਜ਼ਾ ਹੱਕ ਤੋਂ। ਮੇਰਾ 2 ਵਾਰ ਰਿਫਿਊਜ਼ ਹੋ ਚੁੱਕਿਆ ਹੈ ਪਹਿਲਾਂ, ਪਰ ਮੈਂ ਇਹਨਾਂ ਦੀ ਵੀਡੀਓ ਦੇਖੀ ਯੂਟਿਊਬ 'ਤੇ, ਤਾਂ ਇਹਨਾਂ ਨਾਲ ਕੰਟੈਕਟ ਕੀਤਾ, ਤਾਂ ਹੁਣ ਮੇਰਾ ਵੀਜ਼ਾ ਲੱਗ ਗਿਆ ਹੈ ਅਤੇ ਮੈਨੂੰ ਬਹੁਤ ਖੁਸ਼ੀ ਹੈ। ਥੈਂਕ ਯੂ ਵੈਰੀ ਮੱਚ ਸਰ, ਇਹਨਾਂ ਕੋਲ ਆਓ ਅਤੇ ਇਹਨਾਂ ਦੀ ਸਰਵਿਸ ਬਹੁਤ ਚੰਗੀ ਹੈ, ਇਹਨਾਂ ਨੂੰ ਆ ਕੇ ਮਿਲੋ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਸੋ ਮਚ ਦੋਸਤੋ ਨਾਲ ਪਿਆਰ ਬਖਸ਼ਣ ਲਈ। ਤੁਹਾਡਾ ਆਪਣਾ ਦੋਸਤ ਰਣਜੀਤ ਸਿੰਘ ਰਿਹਲ ਫਰੋਮ ਵੀਜ਼ਾ ਹੱਬ ਇਮੀਗ੍ਰੇਸ਼ਨ।